सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन। सत श्री अकाल जी, पंजाबी मेनिया ते तुहाडा सारयां दा स्वागत है। उम्मीद करदे हां सारे जाने अपने अपने घर रह रहे हो ते सही सलामत हो। अज असीं गल करन जा रहे हां पंजाबी फिल्म ते म्यूजिक इंडस्ट्री दे सुपरस्टार साडे अपने दिलजीत दोसांझ दी। हाल ही दे विच दिलजीत दी नवीं एल्बम गोट रिलीज़ हुई है ते रिलीज़ हुंदिया सार ही स्ट्रीमिंग प्लेटफॉर्म्स दे सारे रिकॉर्ड तोड़ रही है। ਇੱਥੋਂ ਤੱਕ ਕਿ ਇਸ ਐਲਬਮ ਦੇ ਪ੍ਰੋਮੋਜ਼ ਨਿਊਯਾਰਕ ਦੇ ਟਾਈਮ ਸਕੁਆਇਰ ਦੇ ਵਿੱਚ ਡਿਜੀਟਲ ਬਿਲਬੋਰਡਸ ਦੇ ਉੱਤੇ ਵੀ ਚਲਾਏ ਗਏ ਸਨ। ਫਿਲਹਾਲ ਹਲੇ ਤੱਕ ਇਸ ਐਲਬਮ ਦੀਆਂ 4 ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਨੇ। ਐਲਬਮ ਇੰਟਰੋ, ਗੋਟ ਟਾਈਟਲ ਟਰੈਕ, ਕਲੈਸ਼ ਅਤੇ ਪੀੜ ਅਤੇ ਸਾਰੀਆਂ ਵੀਡੀਓਜ਼ ਨੂੰ ਹੀ ਆਡੀਅੰਸਿਸ ਨੇ ਖੂਬ ਪਸੰਦ ਕੀਤਾ ਹੈ। ਦਿਲਜੀਤ ਨੇ ਇਹ ਸਾਰੀ ਵੀਡੀਓਜ਼ ਅਮੈਰੀਕਾ ਦੇ ਵਿੱਚ ਸ਼ੂਟ ਕੀਤੀਆਂ ਨੇ ਅਤੇ ਹੁਣ ਇਹਨਾਂ ਸਭ ਗੀਤਾਂ ਦੇ ਬਾਅਦ ਦਿਲਜੀਤ ਲੈ ਕੇ ਆ ਰਹੇ ਨੇ ਇਸੇ ਐਲਬਮ ਦਾ ਇੱਕ ਹੋਰ ਗੀਤ ਦੀ ਵੀਡੀਓ। ਗਾਣੇ ਦਾ ਨਾਮ ਹੈ ਬੋਰਨ ਟੂ ਸ਼ਾਈਨ। ਇਸ ਵੀਡੀਓ ਦੇ ਸ਼ੂਟ ਦੇ ਕਈ ਸਾਰੇ ਸਟਿਲਸ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੇ ਨੇ। ਗਾਣੇ ਦੇ ਲਿਰਿਕਸ ਲਿਖੇ ਨੇ ਅੰਮ੍ਰਿਤ ਮਾਨ ਨੇ ਅਤੇ ਗਾਣੇ ਨੂੰ ਕੰਪੋਜ਼ ਕੀਤਾ ਹੈ ਦੇਸੀ ਕਰੂ ਵਾਲਿਆਂ ਨੇ ਅਤੇ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਰਾਹੁਲ ਦੱਤਾ ਨੇ। ਅੱਜ ਹੀ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇਸ ਗਾਣੇ ਦਾ ਪੋਸਟਰ ਰਿਵੀਲ ਕੀਤਾ ਅਤੇ ਕੈਪਸ਼ਨ ਦੇ ਵਿੱਚ ਲਿਖਿਆ, ਖੱਪ ਬਹੁਤ ਹੈ, ਜਿਹਨੂੰ ਮੇਜਰ ਖੱਪ ਕਹਿੰਦੇ ਨੇ, ਖੱਪ ਦੀ ਤਾਂ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਦਿਲਜੀਤ ਨੇ ਪਹਿਲਾਂ ਹੀ ਸਾਨੂੰ ਇਸ ਬਾਰੇ ਦੱਸ ਦਿੱਤਾ ਹੈ। ਗਾਣੇ ਦੀ ਵੀਡੀਓ ਰਿਲੀਜ਼ ਕੀਤੀ ਜਾਏਗੀ ਦਿਲਜੀਤ ਦੇ ਆਪਣੇ ਯੂਟਿਊਬ ਚੈਨਲ 'ਤੇ 5 ਸਪਤੰਬਰ ਨੂੰ। ਅਕਸਰ ਦੇਖਿਆ ਜਾਂਦਾ ਹੈ ਕਿ ਸਿੰਗਰਸ ਅੱਜ ਕੱਲ੍ਹ ਐਲਬਮ ਦੀ ਜਗ੍ਹਾ ਸਿੰਗਲ ਟਰੈਕਸ ਰਿਲੀਜ਼ ਕਰਨਾ ਪ੍ਰੈਫਰ ਕਰਦੇ ਨੇ। ਜੇ ਐਲਬਮ ਰਿਲੀਜ਼ ਕਰ ਵੀ ਦੇਣ ਤਾਂ ਫਿਰ ਉਹਦੇ ਵਿੱਚ ਵੀਡੀਓਜ਼ ਮੁਸ਼ਕਿਲ ਨਾਲ 1 ਜਾਂ 2 ਗੀਤਾਂ ਦੀ ਹੀ ਰਿਲੀਜ਼ ਕਰਦੇ ਨੇ। ਲੇਕਿਨ ਦਿਲਜੀਤ ਨੇ ਇਸ ਐਲਬਮ ਵਿੱਚ ਗੀਤ ਵੀ 16 ਰੱਖੇ ਅਤੇ ਹੁਣ 16 ਵਿੱਚੋਂ 5 ਟਰੈਕਸ ਦੇ ਵੀਡੀਓ ਵੀ ਲਗਭਗ 1 ਮਹੀਨੇ ਦੇ ਅੰਦਰ ਅੰਦਰ ਆ ਗਏ ਨੇ। ਦਿਲਜੀਤ ਨੂੰ ਅਸੀਂ ਪੰਜਾਬੀ ਇੰਡਸਟਰੀ ਦਾ ਟ੍ਰੈਂਡ ਸੈਟਰ ਐਵੇਂ ਹੀ ਨਹੀਂ ਕਹਿੰਦੇ। ਵੈਸੇ ਤਾਂ ਪਿਛਲੇ 5-6 ਮਹੀਨਿਆਂ ਤੋਂ ਲੋਕਡਾਊਨ ਦੇ ਟਾਈਮ ਦੇ ਵਿੱਚ ਕੁਝ ਖਾਸ ਨਵੀਆਂ ਐਕਟੀਵਿਟੀਜ਼ ਨਹੀਂ ਹੋ ਰਹੀਆਂ ਨੇ, ਲੇਕਿਨ ਪੰਜਾਬੀ ਸਿੰਗਰਸ ਰੈਗੂਲਰਲੀ ਨਵੇਂ ਗਾਣੇ ਆਡੀਅੰਸਿਸ ਲਈ ਲੈ ਕੇ ਆ ਰਹੇ ਨੇ ਅਤੇ ਆਡੀਅੰਸਿਸ ਨੂੰ ਐਂਟਰਟੇਨ ਕਰ ਰਹੇ ਨੇ। ਰੀਸੈਂਟਲੀ ਸਿੱਧੂ ਮੂਸੇਵਾਲਾ, ਕਰਨ ਔਜਲਾ, ਐਮੀ ਵਿਰਕ, ਗਿੱਪੀ ਗਰੇਵਾਲ, ਮਨਕੀਰਤ ਔਲਖ, ਕੁਲਬੀਰ ਝਿੰਜਰ ਅਤੇ ਹੋਰ ਬਹੁਤ ਸਾਰੇ ਸੁਪਰਸਟਾਰ ਸਿੰਗਰਸ ਦੇ ਗਾਣੇ ਰਿਲੀਜ਼ ਹੋਏ ਅਤੇ ਹੁਣ ਦਿਲਜੀਤ ਤੋਂ ਬਾਅਦ ਗਿੱਪੀ ਗਰੇਵਾਲ ਦੀ ਐਲਬਮ ਦੀ ਅਨਾਊਂਸਮੈਂਟ ਵੀ ਹੋ ਗਈ ਹੈ। ਇਹਨਾਂ ਦੇ ਬਾਅਦ ਅਮਰਿੰਦਰ ਗਿੱਲ ਦੀ ਐਲਬਮ ਦੀ ਤਿਆਰੀ ਵੀ ਚੱਲ ਰਹੀ ਹੈ। ਫਿਲਹਾਲ ਅਸੀਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਸ ਸੁਪਰ ਹਿੱਟ ਗਾਣੇ ਦੀ ਵੀਡੀਓ ਨੂੰ ਦੇਖਣ ਦੇ ਲਈ ਅਤੇ ਜੇ ਤੁਸੀਂ ਵੀ ਹੋ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ 'ਤੇ ਰਹੀ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।